ਇਟਲੀ ਦੇ ਪੇਪਰ ਨਿਕਣ ਤੋਂ ਬਾਅਦ ਜਦੋਂ ਅਸੀਂ ਇੰਡੀਆ ਤੋਂ ਇਟਲੀ ਆ ਰਹੇ ਹਾਂ ਤਾਂ ਇਟਲੀ 에ਅਰਪੋਰਟ ਤੇ ਤੁਹਾਡੇ ਕੋਲ ਕੁਝ ਸਵਾਲ ਪੁੱਛੇ ਜਾ ਸਕਦੇ ਨੇ ਤੁਹਾਡੇ ਮਾਲਕ ਦਾ ਨਾਮ ਤੁਸੀਂ ਕੰਮ ਕਿੱਥੇ ਕਰਨਾ ਇੰਡੀਆ ਤੋਂ ਵੀ ਪੁੱਛੇ ਜਾ ਸਕਦੇ ਆ ਤੁਹਾਡੇ ਮਾਲਕ ਨੂੰ ਫੋਨ ਈਮੇਲ ਕੀਤੀ ਜਾ ਸਕਦੀ ਹੈ ਤੇ ਜੇਕਰ ਤੋਂ ਫੋਨ ਚੱਕਣ ਤੇ ਤੁਹਾਡਾ ਮਾਲਕ ਮੁਕਰ ਜਾਂਦਾ ਕਿ ਉਸਨੇ ਤੁਹਾਡੇ ਪੇਪਰ ਨਹੀਂ ਭਰੇ ਤਾਂ ਉਹ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਉੱਥੋਂ ਹੀ ਵਾਪਸ ਮੋੜਿਆ ਜਾ ਸਕਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਇਹਨਾਂ ਦਿਨਾਂ ਦੇ ਵਿੱਚ ਸੋਨਨ ਦੇ ਵਿੱਚ ਬਹੁਤ ਆ ਰਹੀਆਂ ਦੇਖਣ ਦੇ ਵਿੱਚ ਬਹੁਤ ਆ ਰਹੀਆਂ ਘੱਟ ਤੋਂ ਘੱਟ 8-10 ਮੁੰਡੇ ਨੇ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਹੋ ਚੁੱਕਾ ਹੈ ਤੁਹਾਡਾ ਜਿਹੜਾ ਮਾਲਕ ਆ ਉਸ ਦੇ ਬਿਆਨ ਦੇ ਉੱਤੇ ਬਹੁਤ ਡਿਪੈਂਡ ਕਰਦਾ ਕਿ ਉਹ ਕੀ ਕਹਿ ਰਿਹਾ ਕਿਉਂਕਿ ਜੇਕਰ ਇੱਕ ਮਾਲਕ ਸਿਰਫ 8 ਬੰਦਿਆਂ ਨੂੰ ਕੰਮ ਦੇ ਸਕਦਾ ਤੇ ਉਸ ਨੇ 50 ਬੰਦਿਆਂ ਦੇ ਪੇਪਰ ਪੜ ਦਿੱਤੇ ਆ ਤਾਂ ਉਹ ਜਿਹੜੇ 8 ਬੰਦੇ ਵੀ ਆਣੇ ਆ ਉਹਨਾਂ ਦੇ ਉੱਤੇ ਵੀ ਦਿੱਕਤ ਆ ਸਕਦੀ ਆ ਕੁਝ ਬੰਦੇ ਜਿਹੜੇ ਆ 2-4 ਬੰਦਿਆਂ ਨੂੰ ਵਾਪਸ ਘੱਲ ਦਿੱਤਾ ਗਿਆ ਰਿਪੋਰਟ ਕੀਤਾ ਗਿਆ ਉਹ ਜਿਹੜੀ ਬਹੁਤ ਵੱਡੀ ਪ੍ਰੋਬਲਮ ਇਸ ਦਾ ਮਤਲਬ ਇਹ ਨਹੀਂ ਕਿ ਜੇਕਰ ਲੱਖ ਬੰਦਾ ਆ ਰਿਹਾ 10000 ਆਇਆ ਤਾਂ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾਵੇਗਾ ਨਹੀਂ ਬਹੁਤ ਜੀਨਿਊਨ ਕੇਸ ਵੀ ਹੁੰਦੇ ਆ ਆਪਣੇ ਮਾਲਕ ਦੀ ਡਿਟੇਲ ਤੁਹਾਡਾ ਮਾਲਕ ਤੁਹਾਨੂੰ ਕੰਮ ਕੀ ਦੇ ਰਿਹਾ ਤੁਸੀਂ ਰਹਿਣਾ ਕਿੱਥੇ ਆ ਤੁਹਾਡਾ ਕੰਟਰੈਕਟ ਕੀ ਆ ਤੁਹਾਨੂੰ ਤਨਖਾਹ ਕਿੰਨੀ ਮਿਲਣੀ ਆ ਕਿੰਨੇ ਦਿਨ ਕਿੰਨੇ ਘੰਟੇ ਤੁਹਾਡਾ ਕੰਮ ਹੋਣਾ ਇਹ ਜਿਹੜੀਆਂ ਬੇਸਿਕ ਇਨਫੋਰਮੇਸ਼ਨ ਤੁਹਾਡੇ ਕੋਲ ਬਹੁਤ ਹੋਣੀ ਚਾਹੀਦੀ ਹੈ ਨੇ ਜ਼ਰੂਰੀ ਹੈ ਜੇਕਰ ਨਹੀਂ ਹੈ ਤੁਹਾਡਾ ਮਾਲਕ ਜਾਂ ਤੁਹਾਡਾ ਏਜੰਟ ਤੇ ਤੁਹਾਡੇ ਨਾਲ ਧੋਖਾ ਤੁਸੀਂ ਕਹੋਗੇ ਵੀ ਕਰ ਗਿਆ ਕਿਉਂਕਿ ਜੇ ਇਸ ਟਾਈਮ ਤੁਹਾਨੂੰ ਸਵਾਲ ਪੁੱਛਿਆ ਜਾਣਾ ਤੁਹਾਡੇ ਕੋਲ ਜਵਾਬ ਹੋਣਾ ਨਹੀਂ ਤੇ ਤੁਸੀਂ ਫਿਰ ਰਿਪੋਰਟ ਕਰ ਸਕਦੇ ਆ ਤੁਹਾਨੂੰ ਤੇ ਇਹ ਰਿਪੋਰਟ ਦਾ ਜਿਹੜਾ ਹੱਕ ਆ ਇਟਲੀ ਦੇ ਇਮੀਗ੍ਰੇਸ਼ਨ ਆਫਸਰਾਂ ਜਿਹੜੇ ਇਹਨਾਂ ਦੇ ਕੋਲ ਹੁੰਦਾ ਆ ਜੇਕਰ ਤੁਸੀਂ ਦੇਖੋ ਕੈਨੇਡਾ ਦੇ ਵਿੱਚ ਵੀ ਹਰ ਹਰ ਸਾਲ ਜਾਂ ਹਰ ਮਹੀਨੇ ਲੋਕਾਂ ਨੂੰ ਜਿਹੜਾ ਰਿਪੋਰਟ ਕਰ ਰਹੇ ਨੇ ਲਾਸਟਲੇ ਦੋ ਕੁ ਮਹੀਨਿਆਂ ਦੇ ਵਿੱਚ ਵੀ 5-7000 ਬੰਦੇ ਨੂੰ ਉਹਨਾਂ ਨੇ ਵਾਪਸ ਤੋੜਤਾ ਜਿਸ ਟਾਈਮ ਉਹਨਾਂ ਨੂੰ ਸ਼ੱਕ ਪੈਂਦੀ ਹੈ ਕਿ ਬੰਦਾ ਗਲਤ ਪੇਪਰਾਂ ਤੇ ਚੜਾ ਹੈ ਜਾਂ ਫਿਰ ਜਿਹੜੇ ਪੇਪਰ ਲਾਏ ਦਸਤਾਵੇਜ਼ ਲਾਏ ਨੇ ਉਹ ਜਾਲੀ ਨੇ ਗਲਤ ਨੇ ਜਾਂ ਫਿਰ ਵਿੱਚ ਕੁਝ ਘੁਟਾਲਾ ਹੈ ਇਟਲੀ ਦੇ ਨੌ ਮਹੀਨੇ ਜਾਂ ਦਸਾਲ ਵਾਲੇ ਪੇਪਰਾਂ ਦੇ ਵਿੱਚ ਜ਼ਿਆਦਾਤਰ ਘਟਾਲੇ ਦੇ ਚਾਂਸ ਹੀ ਆ ਰਹੇ ਸਤਨਾਮ ਸਿੰਘ ਦੀ ਮੌਤ ਤੋਂ ਬਾਅਦ ਇਟਲੀ ਦੀ ਸਰਕਾਰ ਬਹੁਤ ਹੀ ਜ਼ਿਆਦਾ ਹੋ ਗਈ ਹੈ ਜੀ ਸਾਖਤ ਤੁਹਾਨੂੰ ਵੀ ਪਤਾ ਕਿ ਇਟਲੀ ਦੇ ਜਗ੍ਹਾ-ਜਗ੍ਹਾ ਤੇ ਖੇਤਾਂ ਦੇ ਵਿੱਚ ਪੈ ਰਹੇ ਨੇ ਛਾਪੇ ਮਾਲਕਾਂ ਨੂੰ ਜੁਰਮਾਨੇ ਲੱਖਾਂ ਦੇ ਵਿੱਚ ਹੋ ਰਹੇ ਨੇ ਕੱਚੇ ਬੰਦਿਆਂ ਨੂੰ ਕੰਮਾਂ ਤੇ ਲੈ ਕੇ ਜਾਣ ਦੇ ਉੱਤੇ ਆ ਰਹੀ ਹੈ ਤੰਗੀ ਇੱਥੇ ਤੱਕ ਸ਼ਕੰਜਾ ਇੰਨਾ ਕਾਸ ਦਿੱਤਾ ਗਿਆ ਕਿ ਇਟਲੀ ਦੇ ਵਿੱਚ ਆ ਰਹੇ ਬੰਦਿਆਂ ਦੀ 20 ਜਾਣ ਪਛਾਣ ਜਿਹੜੀ ਹੈ ਜਾਂਚ ਪੜਤਾਲ ਸੌਰੀ ਜਿਹੜੀ ਹੈ ਕੀਤੀ ਜਾ ਰਹੀ ਹੈ ਇਸ ਕਰਕੇ ਸਾਵਧਾਨ ਜਦੋਂ ਤੁਸੀਂ ਇੰਡੀਆ ਤੋਂ 9 ਮਹੀਨੇ ਜਾਂ 6 ਮਹੀਨੇ ਜਾਂ ਸਾਲ ਵਾਲੇ ਪੇਪਰਾਂ ਤੇ ਆਉਂਦੇ ਨੇ ਜਿਹੜਾ ਵਰਕ ਪਰਮਿਟ ਇਟਲੀ ਤੇ ਆ ਰਹੇ ਤਾਂ ਤੁਹਾਡੇ ਕੋਲ ਇਨਫੋਰਮੇਸ਼ਨ ਜਿਹੜੀ ਹੈ ਜ਼ਰੂਰੀ ਮਾਲਕ ਦਾ ਟੈਲੀਫੋਨ ਨੰਬਰ ਰਹਿਣਾ ਕਿਥੇ ਆ ਕੰਮ ਕੀ ਕਰਦੇ ਆ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਕੋਲ ਹੋਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਤੁਹਾਡਾ ਮਾਲਕ ਜਾਂ ਤੁਹਾਡਾ ਏਜੰਟ ਜੇਕਰ ਫੋਨ ਤੇ ਨਾ ਮਿਲੇ ਨਾ ਉਹਨੇ ਗੱਲ ਕੀਤੀ ਗਲਤ ਤਾਂ ਤੇ ਤਾ ਤੁਹਾਨੂੰ ਬਾਅਸ ਵੀ ਤੋੜਿਆ ਜਾ ਸਕਦਾ ਇਸ ਕਰਕੇ ਆਪਣੇ ਮਾਲਕ ਜਾਂ ਏਜੰਟ ਦੇ ਨਾਲ ਗੱਲ ਸਾਫ਼ ਕਰਕੇ ਆਓ ਜੀ